ਅਦਾਰਾ ਪਬਲਿਕ ਪੁਲਿਸ ਮੋਨੀਟਰ ਦਾ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਅਤੇ ਮੈਂ ਤੁਹਾਡੀ ਜੋਤੀ ਸਿੰਘ। ਜਲੰਧਰ ਦੇ ਹਲਕਾ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੰਨਿਆ ਕਲਾਂ ਵਿੱਚ ਇੱਕ ਪੁੱਤਰ ਨੇ ਜ਼ਮੀਨੀ ਮਾਮਲੇ ਵਿੱਚ ਆਪਣੇ ਹੀ ਜਨਮ ਦੇਣ ਵਾਲੇ ਮਾਂ ਪਿਓ ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪਿਤਾ ਗੰਭੀਰ ਜ਼ਖਮੀ ਹਾਲਤ ਵਿੱਚ ਸਥਾਨਕ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦਿਖਦੇ ਹੋਏ ਉਸ ਨੂੰ ਜਲੰਧਰ ਦੇ ਸਤਿਅਮ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਦਾ ਆਪਣੇ ਮਾਤਾ ਪਿਤਾ ਨਾਲ ਜ਼ਮੀਨ ਨੂੰ ਲੈ ਕੇ ਘਰੇਲੂ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਉਸਦੇ ਨਸ਼ੇ ਦੀ ਹਾਲਤ ਵਿੱਚ ਮਾਰੂ ਹਥਿਆਰ ਸਹਿਤ ਆਪਣੇ ਭਰਾ ਭੁਪਿੰਦਰ ਸਿੰਘ ਦੇ ਘਰ ਜਾ ਕੇ ਆਪਣੇ ਮਾਂ ਪਿਓ ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਬਜ਼ੁਰਗ ਮਾਤਾ ਕੁਲਵੰਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪਿਤਾ ਸੰਤੋਖ ਸਿੰਘ ਗੰਭੀਰ ਜ਼ਖਮੀ ਹੋ ਗਿਆ। ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਨੇ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਹਿਲਾਂ ਸ਼ਾਹਕੋਟ ਦੇ ਹੀ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਉਸ ਦੀ ਸਥਿਤੀ ਜ਼ਿਆਦਾ ਨਾਜ਼ੁਕ ਹੋਣ ਕਰਕੇ ਉਸ ਨੂੰ ਜਲੰਧਰ ਦੇ ਸਤਿਅਮ ਹਸਪਤਾਲ ਅਤੇ ਟਰੋਮਾ ਸੈਂਟਰ ਵਿੱਚ ਰੈਫਰ ਕਰ ਦਿੱਤਾ। ਸਾਡੇ ਵਿਸ਼ੇਸ਼ ਪ੍ਰਤੀਨਿਧੀ ਵੱਲੋਂ ਸਤਿਅਮ ਹਸਪਤਾਲ ਅਤੇ ਟਰੋਮਾ ਸੈਂਟਰ ਦੇ ਡਾਕਟਰ ਰਜੇਸ਼ ਪਸਰੀਚਾ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਕੇ ਨਾ ਤਲਵਾਰ ਸੇ ਪੂਰਾ ਕਟ ਗਿਆ ਹੈ ਔਰ ਨਾਕ ਔਰ ਖੋਪੜੀ ਕੇ ਬੀਚ ਵਾਲੀ ਹੱਡੀ ਪੂਰੀ ਕਟ ਕੇ ਕ੍ਰੈਕ ਹੋਣੇ ਸੇ ਬਾਹਰ ਕੀ ਏਅਰ ਬ੍ਰੇਨ ਕੇ ਅੰਦਰ ਚਲੀ ਗਈ ਹੈ ਔਰ ਇਸਕੇ ਇਲਾਵਾ ਉਸਕੀ ਪੂਰੀ ਫ੍ਰੈਕਚਰਸ ਹੈ ਸਕਲ ਕੇ ਬੇਸ ਮੇਂ ਔਰ ਬਲੀਡਿੰਗ ਕਾਫੀ ਹੋ ਰਹੀ ਹੈ ਜਿਸਕੋ ਹਮ ਏਕ ਬਾਰ ਤੋ ਕੰਟਰੋਲ ਕਰਨੇ ਮੇਂ ਕਾਮਯਾਬ ਹੋ ਗਏ ਹੈ ਪਰ ਆਜ ਉਸਕੇ ਜੋ ਫ੍ਰੈਕਚਰਸ ਕੀ ਸਰਜਰੀ ਹੋਗੀ ਲੇਕਿਨ ਕਿਉਂਕਿ ਪੇਸ਼ੈਂਟ ਕੀ ਵਿਜ਼ਨ ਯਾਨੀ ਆਂਖੋਂ ਕੀ ਜੋਤੀ ਅਭੀ ਤੱਕ ਨਾਰਮਲ ਹੈ ਤੋ ਹਮੇ ਉਮੀਦ ਹੈ ਕਿ ਵੋ ਧੀਰੇ ਧੀਰੇ ਠੀਕ ਹੋ ਜਾਏਗਾ ਹਾਲਾਂਕਿ ਹੈ ਤੋ ਜਾਨਲੇਵਾ ਲੇਕਿਨ ਉਸਕੇ ਬਾਵਜੂਦ ਵੀ ਠੀਕ ਹੋਣੇ ਕੀ ਸੰਭਾਵਨਾ ਹੈ। ਕਿਤਨਾ ਸਮਾਂ ਲੱਗੇਗਾ ਇਸਕੋ ਇਨਕੋ? ਨਾਰਮਲੀ ਪੂਰਾ ਠੀਕ ਹੋਣੇ ਮੇਂ ਤੋ ਮਹੀਨੋਂ ਲਗਤੇ ਹੈ ਲੇਕਿਨ ਅਗਰ ਪਹਿਲਾ ਇੱਕ ਹਫਤਾ ਠੀਕ ਸੇ ਨਿਕਲ ਜਾਤਾ ਹੈ ਦੈਨ ਵੀ ਐਕਸਪੈਕਟ ਅ ਗੁੱਡ ਰਿਜ਼ਲਟ। ਇਸ ਸਬੰਧੀ ਮ੍ਰਿਤਕ ਕੁਲਵੰਤ ਕੌਰ ਦੇ ਭਰਾ ਕਸ਼ਮੀਰ ਸਿੰਘ ਨੇ ਅਧਾਰਾ ਪਬਲਿਕ ਪੁਲਿਸ ਮੋਨੀਟਰ ਦੇ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੰਘ ਪਿੰਡ ਲੋਹਗੜ੍ਹ ਤੋਂ ਮੇਰੀ ਭੈਣ ਇੱਥੇ ਕੰਨਿਆ ਵਿਆਹੀ ਸੀ। ਇਹਨਾਂ ਦਾ ਮੁੰਡੇ ਦੇ ਨਾਲ ਕੁਝ ਹਿਸਾਬ ਕਿਤਾਬ ਜ਼ਮੀਨ ਦਾ ਹੈਗਾ ਸੀ, ਉਹ ਇਹਨਾਂ ਵੰਡ ਦਿੱਤਾ, ਘਰ ਅਲੱਗ ਦੇ ਦਿੱਤਾ ਅਤੇ ਉਸ ਤੋਂ ਬਾਅਦ ਪਤਾ ਨਹੀਂ ਮਨ ਦੇ ਵਿੱਚ ਕੀ ਆਈ, ਪੈਸੇ ਵੀ ਦੇ ਦਿੱਤੇ ਅਤੇ ਫਿਰ ਮਤਲਬ ਮਨ ਵਿੱਚ ਕੀ ਆਈ ਤਾਂ ਰਾਤ ਨੂੰ ਵੱਢ ਦਿੱਤਾ ਸੁੱਤਿਆਂ ਪਿਆ। ਬੇਦਖਲ ਕਦੋਂ ਦਾ ਕੀਤਾ? ਬੇਦਖਲ ਇਹਨੂੰ ਕੀਤੇ ਨੂੰ ਸਾਲ ਹੋਇਆ ਬੇਦਖਲ ਕੀਤਾ ਹੋਇਆ ਘਰੋਂ ਅਤੇ ਪਿਓ ਨੂੰ ਵੀ ਕੁਰਬਾਨ ਮਾਰ ਕੇ ਅੱਜ ਬੜਾ ਲਾ ਦਿੱਤਾ। ਠੀਕ ਆ। ਇਸ ਦੇ ਨਾਲ ਹੀ ਮੌਕੇ ਤੇ ਹਾਜ਼ਰ ਇੱਕ ਹੋਰ ਪਿੰਡ ਵਾਸੀ ਨੇ ਅਧਾਰਾ ਪਬਲਿਕ ਪੁਲਿਸ ਮੋਨੀਟਰ ਦੇ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੰਡ ਵਡਾਈ ਦਾ ਰੌਲਾ ਪੈਂਦਾ ਸੀ, ਇਸ ਕਰਕੇ ਇਹਨਾਂ ਘਰ ਕੀਤਾ ਹੋਇਆ। ਮੈਂ ਤੇ ਜਦੋਂ ਆਇਆ ਮੈਂ ਉਸ ਵੇਲੇ ਵੇਖਿਆ ਸੰਤੋਖ ਸਿੰਘ ਵੱਢਿਆ ਹੋਇਆ ਸੀ ਤੇ ਕੁਲਵੰਤ ਕੌਰ ਥੱਲੇ ਪਈ ਹੋਈ ਸੀ, ਬੈੱਡ ਤੋਂ ਥੱਲੇ ਡਿੱਗੀ ਹੋਈ ਸੀ ਤੇ ਮਰਡਰ ਕਰਨ ਤੋਂ ਬਾਅਦ ਇਹ ਆਪਣੇ ਭੱਜ ਚੁੱਕਾ ਹੈ ਸਰਬਜੀਤ ਜਿਹੜਾ। ਹਾਂਜੀ, ਤੇ ਸਰਬਜੀਤ ਨੂੰ ਸ਼ਾਹਕੋਟ ਤੋਂ ਰੈਫਰ ਕਰਕੇ ਜਲੰਧਰ ਭੇਜ ਦਿੱਤਾ ਗਿਆ ਵਾ। ਹੁਣ ਪੁਲਿਸ ਇਸ ਕੰਮ ਦੀ ਜਾਂਚ ਕਰ ਰਹੀ ਆ। ਇਹ ਮੈਂ ਤੇ ਕਹੂੰਗਾ ਵੀ ਕੱਲ੍ਹ ਜਿਹੜੇ ਵੀ ਬੱਚਿਆਂ ਦਾ ਬਹੁਤਾ ਅੱਜ ਦਾ ਨਸ਼ਿਆਂ ਦੇ ਰੁਝਾਨ ਦੇ ਵਿੱਚ ਹੋ ਗਈ ਕੋਈ ਰਕਮ ਕਰ ਰਹੇ। ਇਸ ਸਬੰਧੀ ਡਿਪਟੀ ਸੁਪਰਡੈਂਟ ਆਫ ਪੁਲਿਸ ਸ਼ਾਹਕੋਟ ਨੇ ਅਧਾਰਾ ਪਬਲਿਕ ਪੁਲਿਸ ਮੋਨੀਟਰ ਦੇ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇੱਕ
ਬੰਦਾ ਸੰਤੋਖ ਸਿੰਘ ਆ, ਉਹਦੇ ਦੋ ਲੜਕੇ ਸੀਗੇ, ਭੁਪਿੰਦਰ ਸਿੰਘ ਅਤੇ ਸਰਬਜੀਤ ਸਿੰਘ। ਇਹਨਾਂ ਦਾ ਕੋਈ ਫੈਮਿਲੀ ਡਿਸਪਿਊਟ ਚੱਲਦਾ ਸੀ ਵੰਡ ਵੰਡੀਜੇ ਨੂੰ ਲੈ ਕੇ। ਜਿਹੜਾ ਸਰਬਜੀਤ ਛੋਟਾ ਸੀਗਾ ਇਹ ਵੱਖ ਰਹਿੰਦਾ ਸੀ, ਉਹਨਾਂ ਨੂੰ ਭੁਪਿੰਦਰ ਸਿੰਘ ਆਪਣੇ ਫਾਦਰ ਅਤੇ ਮਦਰ ਨਾਲ ਰਹਿੰਦਾ ਸੀ, ਸੰਤੋਖ ਸਿੰਘ ਅਤੇ ਉਹਦੀ ਵਾਈਫ ਕੁਲਵੰਤ ਕੌਰ ਨਾਲ। ਅਤੇ ਰਾਤੀਂ ਸਰਬਜੀਤ ਸਿੰਘ ਨੇ ਰਾਤ ਨੂੰ ਅੱਧੀ ਰਾਤ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਉਠਾ ਕੇ ਪਹਿਲਾਂ ਆਪਣੇ ਫਾਦਰ ਦੇ ਮਾਰੀਆਂ ਅਤੇ ਫਿਰ ਉਹਦੀ ਮਾਤਾ ਦੇ ਮਾਰੀਆਂ, ਕਿਰਪਾਨ ਮਾਰੀਆਂ। ਅਤੇ ਜਿਹਦੇ 'ਚ ਉਹਦੀ ਮਾਤਾ ਦੀ ਮੌਤ ਹੋ ਗਈ ਅਤੇ ਫਾਦਰ ਜਿਹੜੇ ਸੀਰੀਅਸ ਇੰਜਰਡ ਹੋ ਗਏ, ਉਹ ਜਿਹੜੇ ਕਿ ਹੁਣ ਦਾਖਲ ਹੈ ਹੋਸਪਿਟਲ ਜਲੰਧਰ, ਅਤੇ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ। ਬਾਅਦ 'ਚ ਜਿਹਨੂੰ ਅਸੀਂ ਗ੍ਰਿਫਤਾਰ ਕਰਕੇ ਵੈਪਨ ਵੀ ਉੱਥੋਂ ਰਿਕਵਰ ਕਰ ਲਿਆ, ਕਿਰਪਾਨ, ਅਤੇ ਅਗਲੀ ਕਾਰਵਾਈ ਜ਼ਿਆਦਾ ਜਾਰੀ ਹੈ। ਕੀ ਧਾਰਾ ਲੱਗੀਆਂ ਜੀ? ਇਹ ਧਾਰਾ ਹੈਗੀਆਂ 302-307 IPC ਦੇ ਵਿੱਚ ਇਹਦਾ ਪਰਚਾ ਦਿੱਤਾ ਸਰਬਜੀਤ ਦੇ ਖਿਲਾਫ਼। ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ। ਯੂਟਿਊਬ ਤੇ ਅਧਾਰਾ ਪਬਲਿਕ ਫੇਸ ਮੋਨੀਟਰ ਦੇ ਦੇਖ ਰਹੇ ਵੈਬ ਟੀਵੀ ਨਿਊਜ਼ ਚੈਨਲ ਤਹਿਕਾ ਪੰਜਾਬ ਦੇ ਸਮੂਹ ਦਰਸ਼ਕਾਂ ਨੂੰ ਬੇਨਤੀ ਹੈ ਕਿ ਯੂਟਿਊਬ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਕਲਿੱਕ ਕਰਕੇ ਦਬਾਓ। ਇਸ ਤੋਂ ਬਾਅਦ ਸਾਡੀਆਂ ਸਾਰੀਆਂ ਹੀ ਪ੍ਰਕਾਸ਼ਿਤ ਹੋਣ ਵਾਲੀਆਂ ਵੀਡੀਓ ਨਿਊਜ਼ ਵਗੈਰਾ ਆਪਣੇ ਆਪ ਹੀ ਤੁਹਾਡੀ ਈਮੇਲ ID ਤੇ ਪਹੁੰਚ ਜਾਇਆ ਕਰਨਗੀਆਂ। ਆਸ ਹੈ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਜ਼ਰੂਰ ਸਵੀਕਾਰ ਕਰਦੇ ਹੋਏ ਸਾਡੇ ਯੂਟਿਊਬ ਚੈਨਲ ਤਹਿਕਾ ਪੰਜਾਬ ਨੂੰ ਆਪਣੇ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਤੁਹਾਨੂੰ ਸਹਿਤ ਅਧਾਰਾ ਪਬਲਿਕ ਫੇਸ ਮੋਨੀਟਰ ਦੇ ਵੈਬ ਟੀਵੀ ਨਿਊਜ਼ ਚੈਨਲ ਤਹਿਕਾ ਪੰਜਾਬ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ।